लेटेस्ट अपडेट्स के लिए सब्सक्राइब करें नेशनल बस और साथ ही दबाएं बेल आइकन। हमारे समाज में महिलाओं और बच्चियों के साथ हो रहे अत्याचारों को लेकर आए दिन ही खबरें आती रहती हैं, जिनके साथ यौन शोषण, छेड़छाड़ और रेप जैसी घटनाओं के मामलों में निरंतर बढ़ोतरी देखने को मिल रही है, जो कि महिलाओं के लिए बनाए गए कानून के बाद भी दस्तूर जारी है। कुछ इसी तरह एक बार फिर से एक 16 साल की नाबालिग लड़की के साथ दुष्कर्म का मामला सामने आया है। मामला फिरोजपुर के सरहदी गांव कमालेवाला का है, जहां गांव में ही रहने वाले दो युवकों पर गांव कमालेवाला में रहने वाली एक 16 साल की नाबालिग लड़की और उसके परिजनों ने दो युवकों पर जबरन दुष्कर्म जैसी वारदात को अंजाम देने के संगीन आरोप लगाए हैं, जिन्होंने पुलिस की कार्यप्रणाली पर सवाल उठाते हुए पुलिस प्रशासन के आला अधिकारियों से इंसाफ की गुहार लगाई है। कल जो चाह बना ली सानू उन्हें घर बुलाया सी, जो मम्मी डैडी व्याह ते गए सी, जो सानू असि रोटी पानी उन्होंने अंदर बना लग पे सी, जो बाद जी पर जिन्हें वड्डे वीर ने जी कुंडा ला दिता सी, जिन्हें फिर वीर ने जी सड़न जबरदस्ती की, जिन्हें जी छोटा जी वीर मगरू अस गए चल व्याह ते चाह पा इन्हें आखा चाह बना दे, चाह बना लगी तो इन्हें मूँह मुस्क बन दी तंदर काड़ लिया। ਕੌਣ ਲੋਕ ਸੀ? ਸਾਡੇ ਗੁਆਂਢੀ। ਇਹਨਾਂ ਦਾ ਵਾਕਿਆ ਜੀ ਨੇ ਘਰੇ ਮੰਗਾ ਕੇ ਸਾਰਾ ਕੁਝ ਕਰ ਲਿਆ, ਜਦ ਬਾਅਦ ਚ ਅਸੀਂ ਵਿਆਹ ਦਵਾਏ ਉਹਦਾ ਸਾਨੂੰ ਗੁੱਡੀਆਂ ਨੇ ਦੱਸਿਆ, ਇਹਨੂੰ ਮੁੜ ਕੇ ਧਮਕਿਆ ਧੁਮਕਿਆ ਦਿੰਦੇ ਰਹੇ ਨੇ, ਕਹਿੰਦੇ ਤੁਸੀਂ ਜੇ ਤੂੰ ਦੱਸਿਆ ਤੇਰੇ ਦੋ ਭਰਾ ਨੇ ਅਸੀਂ ਇਹਨਾਂ ਨੂੰ ਮਾਰ ਦਿਆਂਗੇ, ਇੱਦਾਂ ਕਹਿੰਦੇ ਕੁੰਦੇ ਰਹੇ ਜੀ। ਇਹਨੇ ਮੁੜ ਕੇ ਇਹ ਮੈਂ ਜਦੋਂ ਘਰ ਆਇਆ ਸ਼ਾਮੀ 6:30 ਵਜੇ ਇਹ ਮੇਰੇ ਗੱਲ ਲੱਗ ਕੇ ਰੋਣ ਲੱਗ ਪਈ, ਮੈਨੂੰ ਕਹਿੰਦੀ ਡੈਡੀ ਮੇਰੇ ਨਾਲ ਵਾਕਾ ਵਰਤਿਆ। ਫਿਰ ਮੈਨੂੰ ਇਹਨਾਂ ਨੂੰ ਮਾੜਾ ਚੰਗਾ ਬੋਲਿਆ, ਮੈਂ ਕਿਹਾ ਤੁਸੀਂ ਇਹ ਕਿਉਂ ਵਾਕਾ ਕੀਤਾ? ਇਹ ਮੁੜ ਕੇ ਸਾਡੇ ਨਾਲ ਬੋਲਾਂ ਕਰਨ ਲੱਗ ਪਏ, ਮੁੜ ਕੇ ਇਹ ਜਾ ਕੇ ਦਾਖਲ ਹੋ ਗਏ ਨੇ ਜੀ, ਨਾ ਕੋਈ ਲੜਾਈ ਨਾ ਬਲਾਰਾ। ਹਾਂਜੀ ਹਾਂਜੀ, ਸ਼ਿਕਾਇਤ ਕੀਤੀ ਅਤੇ ਦਰਜ ਕੀਤਾ ਹੈ ਸਾਰਾ ਕੁਝ। ਸਾਡੀ ਮੰਗ ਹੈ ਉਹਨਾਂ 'ਤੇ ਪਰਚਾ ਹੋਣਾ ਚਾਹੀਦਾ ਜੀ, ਇਹ ਅੰਦਰ ਹੋਣੇ ਚਾਹੀਦੇ ਜੇ ਬੰਦੇ ਨਹੀਂ ਠੀਕ ਨਹੀਂ ਹੈਗੇ। ਇਸ ਸੰਬੰਧ ਵਿੱਚ FIR ਨੰਬਰ 146 ਮਿਤੀ 8/6/18 ਨੂੰ ਅੰਡਰ ਸੈਕਸ਼ਨ 376 120B ਦੀ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸੂਅਲ ਅਫੈਂਸ ਐਕਟ 2012 ਇਹਦੇ ਤਹਿਤ ਅਸੀਂ 3 ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਹੈ। ਜਿਹੜੀ ਪੀੜਤ ਹੈ ਨਾਬਾਲਗਾ, ਉਹਨਾਂ ਦਾ ਨਾਮ ਮੈਂ ਡਿਸਕਲੋਜ਼ ਨਹੀਂ ਕਰ ਸਕਦਾ, ਪਰ ਫਿਰ ਵੀ ਅਸੀਂ ਉਹਨਾਂ ਦਾ ਬਿਆਨ ਦਰਜ ਕਰ ਲਿਆ ਸਾਡੀ ਲੇਡੀ ASI ਨੇ, ਅਤੇ ਜਿਹੜੀ ਇਹਦੀ ਤਫਤੀਸ਼ ਆ ਅਸੀਂ ਕਰ ਰਹੇ ਹਾਂ, ਅਤੇ ਜਲਦ ਹੀ ਅਸੀਂ ਜਿਹੜੇ ਦੋਸ਼ੀ ਹਨ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਾਂਗੇ। ਸਰ, ਪੀੜਤ ਪਰਿਵਾਰ ਵੱਲੋਂ ਰੋਕ ਲਾਇਆ ਜਾ ਰਿਹਾ, ਪੁਲਿਸ ਸਾਡੀ ਮਦਦ ਨਹੀਂ ਕਰ ਰਹੀ? ਨੋ, ਬਿਲਕੁਲ, ਜਦੋਂ ਜਿਸ ਦਿਨ ਲੜਕੀ ਐਡਮਿਟ ਹੋਈ ਆ ਅਤੇ ਅਸੀਂ ਨਾਲ ਦੀ ਨਾਲ ਹੀ ਸਾਡੇ ਤਫਤੀਸ਼ੀ ਨੂੰ ਅਸੀਂ ਲੇਡੀ ਜਿਹੜੀ ਆਪਣੇ ਹੁੰਦੀ ਹੈ ਇਹ ਇਹਨਾਂ ਨੇ ਜਿਹੜੀਆਂ ਕ੍ਰਾਈਮ ਅਗੇਂਸਟ ਵੂਮਨ ਦੇ ਵਿੱਚ ਸਾਡੀ ਜਿਹੜੀ ਹੈ ਤਫਤੀਸ਼ ਲੇਡੀ ਪੁਲਿਸ ਅਫਸਰ ਨੇ ਕਰਨੀ ਹੁੰਦੀ ਆ, ਅਸੀਂ ਇਮੀਡੀਏਟ ਉਦੋਂ ਹੀ ਲੇਡੀ NGO ਨੂੰ ਬੁਲਾ ਕੇ ਜਿਹੜੀ ਕਿ ਉਹਦਾ ਪੀੜਤ ਦਾ ਬਿਆਨ ਲਿਖ ਕੇ ਇਹ FIR ਨੰਬਰ 146 ਜਿਹੜੀ ਦਰਜ ਕਰਤੀ ਆ, ਅਤੇ ਜਲਦ ਹੀ ਦੋਸ਼ੀਆਂ ਨੂੰ ਤਲਾਸ਼ ਕਰ ਲਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਗੀ ਜਿਹੜਾ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ, ਜੋ ਮੈਰਿਟ 'ਤੇ ਤਫਤੀਸ਼ ਹੋਏਗੀ ਉਹ ਕਰਾਂਗੇ ਅਸੀਂ, ਜਿਹੜੇ ਹੱਕੀ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜਾਂਗੇ ਅਤੇ ਜਲਦੀ ਪੇਸ਼ ਅਦਾਲਤ ਕਰਾਂਗੇ। ਨੈਸ਼ਨਲ ਬਸ ਕੇ ਲਿਏ ਫਿਰੋਜ਼ਪੁਰ ਸੇ ਪੰਕਜ ਕੁਮਾਰ ਕੀ ਰਿਪੋਰਟ। ਨੈਸ਼ਨਲ ਬਸ ਪਰ ਲੇਟੈਸਟ ਨਿਊਜ਼ ਔਰ ਐਂਟਰਟੇਨਮੈਂਟ ਵੀਡੀਓਜ਼ ਦੇਖਣੇ ਕੇ ਲਿਏ ਸਬਸਕ੍ਰਾਈਬ ਕਰੇਂ, ਲਾਈਕ ਕਰੇਂ, ਕਮੈਂਟ ਕਰੇਂ ਔਰ ਸ਼ੇਅਰ ਕਰੇਂ। ਥੈਂਕਸ ਫਾਰ ਵਾਚਿੰਗ।